ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਨੈਸ਼ਨਲ ਪੰਥਕ ਦਲ ਯੂਕੇ ਤੋਂ ਭਾਈ ਪਰਮਜੀਤ ਸਿੰਘ ਜੀ ਢਾਡੀ ਭਾਈ ਰਗਵੀਰ ਸਿੰਘ ਜੀ ਵਾਲਸਾਲ ਪ੍ਰਧਾਨ ਭਾਈ ਕਪਤਾਨ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਮੁਖ ਬਲਰਾ ਇੰਟਰਨੈਸ਼ਨਲ ਪੰਥਕ ਦਲ ਯੂਕੇ ਬਾਬਾ ਭਗੇਲ ਸਿੰਘ ਜੀ ਧਾਰਮਿਕ ਜਥੇਦਾਰ ਇੰਟਰਨੈਸ਼ਨਲ ਪੰਥਕ ਦਲ ਯੂਕੇ ਭਾਈ ਬਲਬੀਰ ਸਿੰਘ ਜੀ ਰੰਧਾਵਾ ਭਾਈ ਗਬੀਰ ਸਿੰਘ ਜੀ ਮਾਲੜੀ ਭਾਈ ਧੰਨਾ ਸਿੰਘ ਜੀ ਅਤੇ ਇਟਲੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਜੀ ਵੱਲੋਂ ਜੋ ਕਿਸਾਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਮੋਰਚਾ ਲਾਇਆ ਹੋਇਆ ਸੰਘਰਸ਼ ਪਹਿਲਾਂ ਪੰਜਾਬ ਦੇ ਵਿੱਚ ਚੱਲਿਆ ਉਸ ਤੋਂ ਬਾਅਦ 25 ਅਤੇ 26 ਨਵੰਬਰ ਤੋਂ ਸਮੁੱਚੇ ਦੇਸ਼ ਦੇ ਕਿਸਾਨ ਆਪਣੇ ਬੱਚਿਆਂ ਬਜ਼ੁਰਗਾਂ ਮਤਾਵਾਂ ਭੈਣਾ ਸਮੇਤ ਦਿੱਲੀ ਦੇ ਬਾਡਰਾਂ ਤੇ ਕਾਲੇ ਕਾਨੂੰਨ ਜੋ ਕੇਂਦਰ ਸਰਕਾਰ ਨੇ ਥੋਪੇ ਨੇ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਆਪਣੇ ਹੋਂਦ ਦੀ ਆਪਣੇ ਬੱਚਿਆਂ ਦੇ ਭਵਿੱਖ ਦੀ ਸ਼ਾਂਤਮਈ ਸੰਘਰਸ਼ ਕਰ ਰਹੇ ਨੇ ਔਰ ਸੰਯੁਗਤ ਕਿਸਾਨ ਮੋਰਚੇ ਵੱਲੋਂ ਜੋ 6 ਫਰਵਰੀ 2021 ਦੇ ਦਿਨ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਹੋਇਆ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਮੂੱਚੇ ਸੰਯੁਕਤ ਮੋਰਚੇ ਦੇ ਇਸ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹਾਂ ਅਤੇ ਪੂਰੇ ਦੇਸ਼ ਵਾਸੀਆਂ ਨੂੰ ਬੜੇ ਸ਼ਾਂਤ ਮੈਤਰੀਕ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਤੋਂ ਬਚ ਕੇ ਇਸ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਕਿ ਕੇਂਦਰ ਸਰਕਾਰ ਇਹ ਕਿਸਾਨਾਂ ਦੇ ਉੱਪਰ ਥੋਪੇ ਕਾਲੇ ਕਾਨੂੰਨ ਖਤਮ ਕਰਨੇ ਪੈਣ ਇਸ ਵੇਲੇ ਪੂਰਾ ਭਾਰਤ ਦੇ ਕਿਸਾਨ ਸਾਰੀਆਂ ਸਟੇਟਾਂ ਦੇ ਕਿਸਾਨ ਜੋ ਇੰਨੇ ਖਰਾਬ ਮੌਸਮ ਕੁੰਕਰੀਲੀਆਂ ਰਾਤਾਂ ਠੰਡਾਂ ਦੇ ਵਿੱਚ ਆਣ ਕੇ ਬਾਰਡਰਾਂ ਦੇ ਉੱਪਰ ਬੈਠੇ ਨੇ ਜਿੱਥੇ ਸਰਕਾਰਾਂ ਪਾਣੀ ਬੰਦ ਕਰ ਰਹੀਆਂ ਸਰਕਾਰਾਂ ਜਿਹੜੀਆਂ ਨੇ ਉਹ ਬਿਜਲੀ ਬੰਦ ਕਰ ਰਹੀਆਂ ਸਰਕਾਰਾਂ ਉਹਨਾਂ ਦੇ ਚਾਰਛੇਰੇ ਕੰਕਰੀਟ ਦੀਆਂ ਕੰਧਾਂ ਬਣਾ ਕੇ ਬੈਰੀਗੇਡ ਬਣਾ ਕੇ ਓਪਨ ਜ਼ਿਲ੍ਹੇ ਆਪਣੇ ਦੇਸ਼ ਦੇ ਵਾਸੀਆਂ ਵਾਸਤੇ ਬਣਾ ਰਹੇ ਨੇ ਅਸੀਂ ਕਰੜੇ ਸ਼ਬਦਾਂ ਚ ਇਹਦੀ ਨਖੇਦੀ ਅਤੇ ਨਿੰਦਿਆ ਕਰਦੇ ਹਾਂ ਅਤੇ ਸਮੁੱਚੇ ਭਾਰਤ ਦੇ ਇਨਸਾਫ ਪਸੰਦ ਲੋਕਾਂ ਨੂੰ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੂੰ ਸਮੁੱਚੇ ਭਾਰਤ ਦੀਆਂ ਧਾਰਮਿਕ ਸੰਸਥਾਵਾਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਕਿਸੇ ਨਾ ਕਿਸੇ ਕਿਤੇ ਨਾਲ ਜੁੜ ਕੇ ਪ੍ਰੋਫੈਸ਼ਨਲ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੇ ਹੱਕ ਵਿੱਚ ਆਓ ਹਾ ਦਾ ਨਾਰਾ ਜ਼ਰੂਰ ਮਾਰੋ ਅਤੇ ਕਿਸਾਨਾਂ ਨੂੰ ਸਾਥ ਦਿਓ ਜੋ ਕਿ 6 ਫਰਵਰੀ 2021 ਦਾ ਦਿਨ ਭਾਰਤ ਬੰਦ ਦਾ ਸਦਾ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੀ ਸਟੇਜ ਤੋਂ ਦਿੱਤਾ ਗਿਆ ਹੈ ਸਾਰੇ ਹੀ ਭਾਰਤ ਦੇ ਲੋਕ ਇਸ ਮਿੱਟੀ ਚੋਂ ਅੰਨ ਉਗਾ ਕੇ ਤੇ ਸਾਡੇ ਘਰ ਬੈਠਿਆਂ ਦੇ ਢਿੱਡ ਭਰਨ ਵਾਲੇ ਅੱਜ ਸੜਕਾਂ ਤੇ ਰੋਲ ਰਹੇ ਨੇ ਅੱਜ ਦਰਦਾਰ ਦੀਆਂ ਠੋਕਰਾਂ ਖਾ ਰਹੇ ਨੇ ਆਪਣੀ ਮਿਹਨਤ ਕਰਕੇ ਉਹ ਸਾਡੇ ਤੱਕ ਅਨਾਜ ਸਬਜ਼ੀਆਂ ਫਰੂਟ ਦੁੱਧ ਹਰ ਇੱਕ ਚੀਜ਼ ਸਾਡੇ ਤੱਕ ਸ਼ਹਿਰਾਂ ਚ ਪਿੰਡਾਂ ਚੋ ਮਹੱਈਆ ਕਰਾਉਂਦੇ ਨੇ ਅਜ ਉਹਨਾਂ ਨੂੰ ਸਾਥ ਦੇਣ ਵਾਸਤੇ ਉਹਨਾਂ ਦੇ ਹੱਕ ਦੇ ਵਿੱਚ ਖਲੋਣ ਵਾਸਤੇ ਇਸ ਭਾਰਤ ਬੰਦ ਦਾ ਪੂਰਨ ਸਮਰਥਨ ਕੀਤਾ ਜਾਵੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾਵੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਜਾਵੇ ਉਹਨਾਂ ਦੇ ਨਾਲ ਖਲੋਤਾ ਜਾਵੇ ਅਸੀਂ ਸਮੁੱਚੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕੀ ਇਬਾਦਤਾਂ ਬਾਦ ਭਾਰਤ ਬੰਦ ਦਾ ਸੱਦਾ ਦਿਓ ਇਹਨੂੰ ਸਮਰਥਨ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ